نائب محمد مصطفی اوج ولایت کے ہما تخت خلافت کے ہوشاں دین محمد کی پناہ اے بادشاہ اصفیاء تم ہو امین احمدی تم جانشین احمدی مہدی ہو دین احمدی سردار جملہ اولیاء حامی شریعت کے ہو تم ہادی طریقت کے ہو تم کاشف حقیقت کے ہو تم رہ معرفت کے رہنما احمد کے تم مختار ہو تم حیدر کردار ہو اللہ اکبر نعرہ رسالت یا رسول اللہ نعرہ حیدری یا علی نعرہ کون ہے الحسن والحسین الحمدللہ الحمدللہ کیونکہ نویں جگہ تے سے پاس سمے ساتھی ہوں گے ساڈی سرکار دا مولا کائنات شاہ نجف دا اے نجفی اپنے دے رات نہ کرے ساڈی سرکار دی عطا اے الحمدللہ اے ہوئی دسویں محرم دا دن سی میری سرکار نے عطا کی تھی روحانی طور تے اور ایک چیز بڑی دیر دی عرض کر رہے سان کہ اللہ تیرا نعرہ تکبیر ہے تیرے محبوب دا رسالت دا نعرہ ہے تے ولایت دا نعرہ مولا علی دا ہے تے آکھیا جو کچھ بنایا جوڑیاں دا صدقہ ہے تے کوئی جوڑیاں دا صدقہ ہے تانوں ہی پتہ لگ جائے اللہ نے فضل کیتا اپنے محبوب کا صدقہ تے نعرہ کون ہے الحسن والحسین نعرہ کون ہے الحسن والحسین نعرہ غوثیہ یا غوث اعظم دستگیر اگر کسی چیز کی حقیقت چاہتے ہو کیوں کوئی غوث ہے کیوں داتا ہے کیوں خواجہ ہے کیوں فرید ہے تو خدا گواہ ہے کہ جاؤ کسی ولی کی چوکھٹ پہ تمہیں پتہ چل جائے کہ یہ کس طرح پنج تنخوا کے قریب ہے سبحان یہ وہ انعام یافتہ ہیں جو انعام پا چکے ہیں ان کی زبان سے جو بات نکلتی ہے وہ حق ہے اور اگر کوئی اندھا کہے کہ یہ پتہ نہیں کہاں سے ولی بن گئے ہم اسے کہتے ہیں تم کہاں سے بن گئے اپنی پیدائش کو سوچو یہ وہ ہیں جو عطا ہیں عطا سے جفا نہ کرو وفا کرو عطا سے جفا یزید کا کام ہے عطا سے وفا کس کا کام حسین کا محمد کے تم مختار ہو تم حیدر کردار ہو تم قاتل کفار ہو اے صفدر خیبر کشا قرآن نات کہو تم ہی ہر جام صادق ہو تم ہی برحق و باحق ہو تم ہی حضرت کی ہے تم کو دعا حضرت کی ہے تم کو دعا تم کو بفضل کبریا ہر جنگ اندر ہر وغا فتح و ظفر کا خط ملا بے شک ہو تم شیر خدا بے شک ہو تم شیر خدا خندق کی جنگ میں وہ لئی ہوا سامنے تیرے بکی بکیا جا کے
ਗੁਰੂ ਆ ਕੇ ਬਖਿਆ ਕਿ ਕਿੰਨੇ ਅੱਜ ਲੈਣੀ ਹੈ ਜੰਨਤ ਮੁਹੰਮਦ ਕੱਢ ਬਾਹਰ, ਮੈਂ ਉਹਨੂੰ ਜੰਨਤ ਚ ਭੇਜਾਂ। ਇੰਜ ਬਖਿਆ ਸੀ ਆ ਕੇ ਖੰਦੇ ਕੀ ਜੰਗ ਮੇਵੋ ਲਈ ਹੁਆ ਸਾਹਮਣੇ ਤੇਰੇ ਬਕੀ ਇੱਕ ਜ਼ਰਬ ਸੇ ਹੈ ਸ਼ਾਹਿਦੀ ਹੁਆ ਉਸਕਾ ਸਰ ਤਨ ਸੇ ਜੁਦਾ ਜੰਗੇ ਉਹਦ ਮੇਂ ਖੁਸ਼ ਹਮਲਾ ਤੁਮਸੇ ਹੁਏ ਬਾਦਸ਼ਾਹ ਹੁਏ ਖੁਸ਼ ਨਬੀ ਰਾਜ਼ੀ ਖੁਦਾ ਪੜਤੇ ਮਲਾਇਕ ਲਾ ਫਤਾ ਹਜ਼ੂਰ ਸੱਲਾ ਵਸਲਮ ਜਦੋਂ ਫਤਿਹ ਹੋਈ ਨਾ ਉਹ ਦੇ ਵਿੱਚ ਸਰਕਾਰ ਫਰਮਾਨ ਜਬਰੀਲ ਨੂੰ ਕਿ ਐ ਜਬਰੀਲ ਅਲੀ ਮੁਝ ਸੇ ਹੈ ਮੈਂ ਅਲੀ ਸੇ ਤੇ ਜਬਰੀਲ ਕੀ ਕਹਿੰਦੇ ਨੇ ਕਿ ਮੈਂ ਤੁਹਾਡੇ ਦੋਵਾਂ ਕਿਸ ਤਰ੍ਹਾਂ ਹਜ਼ੂਰ ਸੱਲਾਹ ਵਸਲਮ ਫਰਮਾਨ ਅਨਾ ਵਾਲੀ ਅਨਾ ਵਾਲੀ ਮਿਨ ਨੂਰ ਵਾਹਿਦ ਮੈਂ ਔਰ ਅਲੀ ਏਕ ਨੂਰ ਸੇ ਹੈ। ਹੁਣ ਉਹ ਬੇਸੂਰਤ ਆਇਆ ਵਿੱਚ ਸੂਰਤ ਹੈ ਕਿਸ ਸੂਰਤ ਹੈ ਉਹ ਬੇਸੂਰਤ ਆਇਆ ਵਿੱਚ ਸੂਰਤ ਹੈ ਕਿਸ ਸੂਰਤ ਹੈ ਇਸ ਸੂਰਤ ਨੂੰ ਪੜ੍ਹਨਾ ਪਏ। ਹਰ ਬੰਦਾ ਆਪਣੀ ਆਪਣੀ ਕਾਪੀ ਖੋਲ ਕੇ ਸਾਹਮਣੇ ਰੱਖ ਲਈ ਸ਼ਿਸ਼ਾ ਰੱਖ ਠੀਕ ਹੈ ਤੇ ਮੈਂ ਇਨਸ਼ਾਅੱਲਾ ਤਾਲਾ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਔਰ ਮੌਲਾ ਕਾਇਨਾਤ ਦੀ ਜ਼ਾਤ ਨੂੰ ਸਾਹਮਣੇ ਰੱਖ ਕੇ ਪੜ੍ਹਨਾ ਹੈ ਜਿੱਥੋਂ ਇਹ ਸਾਰੀਆਂ ਫੋਟੋ ਕਾਪੀਆਂ ਬਣੀਆਂ ਸੁਭਾਨ ਅੱਲਾਹ ਉਹ ਅਸਲ ਕਾਪੀ ਹੈ ਜਿਹਦੀ ਇਹ ਫੋਟੋ ਕਾਪੀਆਂ ਇਹ ਆਪਣੀ ਹਰ ਬੰਦਾ ਸਰਕਾਰ ਮੌਜੂਦ ਨੇ ਇਹ ਵੀ ਉੱਥੋਂ ਫੈਜ ਯਾਫਤਾ ਨੇ ਸੈਯਦਜ਼ਾਦੇ ਦੇਖੋ ਕੈਸੀ ਬਾਤ ਹੋਈ ਕਾਜ ਸਾਹਿਬ ਕਹਿ ਰਹੇ ਇੱਥੇ ਮੈਂ ਕਹਿ ਰਿਹਾ ਉੱਥੇ ਉੱਥੇ ਆਹਰ ਵੇਖੋ ਸਰਕਾਰ ਨੇ ਆਪਣੇ ਪੈਰਾਂ 'ਚ ਲੈਣ ਇਹ ਹੁੰਦੀ ਤੇ ਪਿਆਰ ਦੀ ਗੱਲ ਸਾਨੂੰ ਪਤਾ ਨੀ ਸੀ ਇੱਥੇ ਪੈਣਾ ਅਸੀਂ ਅੰਦਰ ਦੀ ਗੱਲ ਕਰ ਰਹੇ ਸਾਂ ਫਿਰ ਉੱਧਰ ਦੀ ਕਰ ਰਹੇ ਸਾਂ ਤੇ ਆ ਕਿੱਥੇ ਬੈਠੇ ਅਨਾ ਵਾਲੀ ਨੂਰੇ ਮੈਂ ਨੂਰੇ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਮੈਂ ਔਰ ਅਲੀ ਇੱਕ ਨੂਰ ਸੇ ਹੈ। ਹੁਣ ਦੇਖੋ ਇੱਕ ਨੂਰ ਬੇ ਸੂਰਤ ਆਇਆ ਵਿੱਚ ਸੂਰਤ ਤੇ ਕਿਸ ਸੂਰਤ ਇਹ ਮੇਰਾ ਸੱਜਾ ਪਾਸਾ ਇਹ ਮੇਰਾ ਹਜ਼ੂਰ ਫਰਮਾਨ ਨੇ ਮੈਂ ਤੇ ਅਲੀ ਇੱਕ ਨੂਰ ਚੋਂ ਤੇ ਸਰਕਾਰ ਨੇ ਬੇਸ਼ੁਮਾਰ ਹਦੀਸਾਂ ਦੇ ਨਾਲ ਦੱਸਿਆ ਕਿ ਜਿਸ ਨੇ ਅਲੀ ਕੋ ਦੇਖਾ ਉਸ ਨੇ ਮੁਝੇ ਦੇਖਾ ਅਲੀ ਸੇ ਮੁਹੱਬਤ ਕੀ ਅਲੀ ਸੇ ਬੁਗਜ਼ ਕੀਆ ਅਲੀ ਸੇ ਦੁਸ਼ਮਨੀ ਰੱਖੀ ਮੈਂ ਅਲੀ ਸੇ ਹੂੰ ਅਲੀ ਠੀਕ ਹੈ। ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦੀ ਜ਼ਾਤ ਨੇ ਫਰਮਾਇਆ ਕਿ ਅਸੀਂ ਦੋ ਜਿਸਮ ਹਾਂ ਲੇਕਿਨ ਯੱਕ ਜਾਨ ਦੋ ਜਿਸਮ ਅਸੀਂ ਯੱਕ ਜਾਨ ਇੱਕ ਜਾਨ ਕਿਸ ਤਰ੍ਹਾਂ ਇਹ ਦੋ ਅੱਖਾਂ ਨੇ ਦੋ ਨਜ਼ਰ ਆਉਂਦੇ ਦੋਵਾਂ ਅੱਖਾਂ ਨਾਲ ਦੇਣ ਨਜ਼ਰ ਇੱਕੋ ਹੀ ਆਉਂਦੀ ਇਹ ਵੇਖੋ ਅੱਲਾਹ ਨੇ ਤਕਸੀਮ ਕੀਤੀ ਕਿ ਅਲੀ ਔਰ ਨਬੀ ਦੀ ਸ਼ਕਲ ਦੋ ਨਹੀਂ ਅਲੀ ਔਰ ਨਬੀ ਦੀ ਇੱਕ ਸ਼ਕਲ ਹਜ਼ੂਰ ਸੱਲਲਾਹੁ ਅਲੈਹਿ ਵਸੱਲਮ ਦਾਇਆ ਦਾਇਆ ਸਰਦਾਰ ਵਾਸਤੇ ਹੁੰਦਾ ਬਾਇਆ ਨਾਇਬ ਆ ਦੋ ਹੱਥ ਨੇ ਇੱਥੋਂ ਇਸ ਜਗ੍ਹਾ ਦੁਰਾ ਕੇ ਆਪਣੇ ਚਿਹਰੇ ਨੂੰ ਖੁਦ ਪੜ ਲਓ ਛੋਡੀ ਹੈ ਨਾ ਇੱਥੇ ਵੀ ਕੱਟ ਲੱਗਾ ਹੋਇਆ ਇਹ ਬੁੱਲਾਂ ਦੇ ਵੀ ਕੱਟ ਲਾਇਆ ਸਾਨੂੰ ਇੱਥੋਂ ਜਿਹੜੀ ਮਾਂਗ ਕੱਟਦੇ ਉਹਦੇ ਤੇ ਵੀ ਕੱਟ ਲੱਗਾ ਹੋਇਆ ਠੀਕ ਹੈ ਤੇ ਅਗਰ ਕੱਟਦੇ ਜਾਓ ਤੇ ਤੋੜ ਤੱਕ ਹੀ ਕੱਟ ਲੱਗਾ ਹੋਇਆ ਸੁਭਾਨ ਅੱਲਾਹ ਸੀਨੇ ਦੇ ਵਾਲ ਦੇ ਬੇਸ਼ੱਕ ਬੇਸ਼ੱਕ ਤੋੜ ਤੱਕ ਕੱਟੇ ਤੇ ਦੋਵਾਂ ਕੱਟਾਂ ਨੂੰ ਇਹ ਸੱਜਾ ਪਾਸਾ ਇਹ ਸੱਜਾ ਅਲੀ ਏ ਸੋਰੀ ਸੱਜਾ ਹਜ਼ੂਰ ਦੀ ਜ਼ਾਤ ਪਾ ਕੇ ਤੇ ਖੱਬਾ ਤੇ ਦੋਵਾਂ ਪਾਸੇ ਰੱਖ ਕੇ ਵੇਖ ਲਓ ਇੱਧਰ ਕੋਈ ਹੋਰ ਸ਼ਕਲ ਹੈ ਤੇ ਇੱਧਰ ਕੋਈ ਇੱਕ ਨੂਰ ਦੇ ਵਿੱਚੋਂ ਦੋ ਸੂਰਤਾਂ ਹੋ ਕੇ ਫਿਰ ਇੱਕ ਸੂਰਤ ਸੁਭਾਨ ਅੱਲਾਹ ਇਹਨੂੰ ਹੀ ਸਾਡੇ ਬਜ਼ੁਰਗਾਂ ਨੇ ਜਿਹੜੇ ਤਸੱਵਫ ਦੇ ਸਾਡੇ ਲੋਕ ਨੇ ਨਾ ਉਹਨਾਂ ਨੇ ਬੜੇ ਆਸਾਨ ਲਫ਼ਜ਼ਾਂ ਚ ਗੱਲ ਕੀਤੀ ਹੈ ਕਹਿੰਦੇ ਨੇ ਜਿਹਨੂੰ ਆ ਗਿਆ ਦੋਵਾਂ ਦਾ ਇੱਕ ਕਰਨਾ